निशानी सांभ के रखो। हाँ हाँ। निशानी सांभी है। बड़ी गल बड़ी गल है। पिंड नब्बे चिट्टी कच्ची सड़क जांदी मरब्बियां नूं डेरियां नूं ऐ लागे नहर आ जी जिहड़ी अगे पिंड जिहड़े ने नब्बे चिट्टी तिरानवे चिट्टी धनुवाणा नकोदर जमशेर जिन्हें भी पिंड ने अगे सोचा करोड़का अपना पक्का जंडियाला इन्होंने सारे पिंडों पानी दी ए मड़ी है जी साढ़े को मड़ी है जी इत्थे अज भी मौजूद आ भाई साढ़े कोल हैगे ने सानू दसणगे जैन भाई इहदे ते लिखिया जी उर्दू दे विच बूटा सिंह सरदार बूटा सिंह थले की लिखा जी संगा ओ बी आई संगा ओ बी आई यारी जट दी जिवें तूत दा मोछा जिवें पवे ना ते दोबारा सुनाया जी यारी जट दी जिवें तूत दा मोछा जे पवे ना ते पवे ना ते कैप्टन कैप्टन एस बी सरदार बूटा सिंह संगा ओ बी आई। हां अच्छा शेर भी लिखिया होते हैं जी सरदार जेडे जट सी ना जटा दी यारी एवे जिवे तूत दा मोछा नहीं पैंदा ना एवे जट दी यारी नहीं टुटदी। ये शेर दा मतलब ए बनदा के यारी जट दी इंज है जिवे तूत दा मोछा है। ए सरदार बूटा सिंह साहब जेडे सी जी ए अपना लागे पिंड हैगा नब्बे चिट्टी उत्थे दे नंबरदार भी सी इन्हां दी गां जेड़ी आल औलाद आ ए सारी बाहर कनेडा शिफ्ट हो गई ਇਹਨਾਂ ਦੇ ਮਰਨ ਤੋਂ ਬਾਅਦ ਹੈ ਉਹਨਾਂ ਦੀ ਮੜੀ ਹੈ ਇੱਥੇ ਮੜੀ ਦੀ ਯਾਦ ਵਿੱਚ ਆਉਂਦੇ ਆ ਸਾਲ ਬਾਅਦ ਦੋ ਸਾਲ ਬਾਅਦ ਜਦੋਂ ਵੀ ਕਿਤੇ ਆਉਂਦੇ ਆ ਆ ਕੇ ਤੇ ਇਹਨੂੰ ਰੈਨੋਵੇਟ ਕਰਵਾ ਕੇ ਰੰਗ ਸ਼ੰਗ ਕਰਵਾਉਂਦੇ ਆ ਇੱਥੇ ਉਹਦੀ ਯਾਦ ਮਨਾਉਂਦੇ ਆ ਤੇ ਫਿਰ ਆਪਣਾ ਵਾਪਸ ਵਤਨ ਆਪਣਾ ਨੂੰ ਚਲੇ ਜਾਂਦੇ। ਦੋਸਤੋ ਵੇਲੋ 47 ਦੀ ਵੰਡ ਪੈ ਗਈ ਉਜਾੜੇ ਪੈ ਗਏ ਲੋਕ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਚਲੇ ਗਏ ਤੇ ਚੜ੍ਹਦੇ ਪੰਜਾਬ ਤੋਂ ਲੋਕ ਲਹਿੰਦੇ ਪੰਜਾਬ ਆ ਗਏ। ਅੱਜ ਵੀ ਕੁਝ ਨਿਸ਼ਾਨੀਆਂ ਅੱਜ ਵੀ ਕੁਝ ਪੁਰਾਣੀਆਂ ਚੀਜ਼ਾਂ ਮੌਜੂਦ ਨੇ ਜਿਹੜੀਆਂ ਜ਼ਾਹਰ ਕਰਦੀਆਂ ਵਾ ਕਿ ਇੱਥੇ ਪੰਜਾਬੀ ਇਕੱਠੇ ਵੱਸਦੇ ਸੀ ਤੇ ਇਹ ਕੱਚਾ ਰੋਡ ਆ ਜੀ ਤੇ ਮੇਰੇ ਖਿਆਲ ਨਾਲ ਜੀ ਇੱਧਰ ਕੋਈ ਘੱਟ ਹੀ ਹੁੰਦਾ ਕੋਈ ਪੈਲੀ ਬੰਨੇ ਵਾਲੇ ਲੋਕ ਹੁੰਦੇ ਕਿਉਂ ਜ਼ੈਨ ਸਾਹਿਬ? ਬਿਲਕੁਲ ਜੀ ਬਿਲਕੁਲ ਇਹ ਲਾਗੇ ਲਾਗੇ ਜ਼ਮੀਨਾਂ ਹੈਗੀਆਂ ਲੋਕਾਂ ਦੀਆਂ ਨਾਲ ਨਹਿਰ ਹੈਗੀ ਆ ਤੇ ਉਹ ਸਾਰਾ ਸਿਸਟਮ ਲੋਕਾਂ ਦੇ ਇੱਥੇ ਹੀ ਆ ਬਸ। ਲਾਗੇ ਪਿੰਡ ਹੈਗਾ ਨੱਬੇ ਚਿੱਟੀ। ਅੱਛਾ ਨੱਬੇ ਚਿੱਟੀ ਦੇ ਲੰਬੜਦਾਰ ਸੀ ਜੀ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਗੱਲ ਆ। ਅੱਛਾ ਤੇ ਹੁਣ ਪਾਕਿਸਤਾਨ ਬਣ ਗਿਆ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਆਲ ਲਾਸ ਸੀ ਸਾਰੀ ਚਲੀ ਚੁਲੀ ਗਈ ਇਥੋਂ ਪਾਕਿਸਤਾਨ ਛੱਡ ਕੇ ਗਹਿਰੀ ਗੱਲ ਜਦੋਂ ਵੰਡ ਪਈ ਤੇ ਇਥੋਂ ਉਹਨਾਂ ਨੂੰ ਹਿਜਰਤ ਕਰਨੀ ਪਈ ਲੇਕਿਨ ਉਹਨਾਂ ਦੀ ਫਿਰ ਯਾਦ ਦੀ ਹੈ ਮੜੀ ਜਿਹੜੀ ਇੱਥੇ ਰਹਿ ਗਈ ਬਾਕੀ ਆਪ ਤੇ ਇਹਨਾਂ ਦੀ ਆਲ ਔਲਾਦ ਜੋ ਵੀ ਸੀ ਉਹ ਸਭ ਇਥੋਂ ਚਲੇ ਗਏ ਕੋਈ ਕੈਨੇਡਾ ਸ਼ਿਫਟ ਹੋ ਗਏ ਕੋਈ ਇੰਡੀਆ ਚਲੇ ਗਏ। ਅੱਛਾ ਕਹਿੰਦੇ ਜੀ ਬੜਾ ਮਹਾਨ ਬੰਦਾ ਸੀ ਬੂਟਾ ਸਿੰਘ ਤੇ ਬਹੁਤ ਰਹਿਮਦਿਲ ਇਨਸਾਨ ਸੀ ਜੀ ਬਹੁਤ ਰਹਿਮਦਿਲ ਬੰਦਾ ਸੀ ਖੁਸ਼ اخلاق ਸੀ ਗਰੀਬਾਂ ਦੀ ਮਦਦ ਕਰਦਾ ਸੀ ਤੇ ਜੰਗਜੂ ਬੰਦਾ ਸੀ ਫੌਜ ਦਾ ਸੀ ਵੈਸੇ ਵੀ ਸਿਪਾ ਸਲਾਰ ਸੀਗਾ ਤੇ ਅੱਜ ਵੀ ਉਹਦੀ ਨਿਸ਼ਾਨੀ ਦੇ ਤੌਰ ਤੇ ਤੇ ਆਪਣਾ ਸ਼ਾਹਕੋਟ ਦੇ ਨਾਲ ਪਿੰਡ ਨੱਬੇ ਚਿੱਟੀ ਦੀ ਨਹਿਰ ਦੇ ਉੱਤੇ ਇਹ ਮੜੀ ਜਿਹੜੀ ਮੌਜੂਦ ਆ ਤੇ ਇਹ ਵਿੱਚ ਜੀ ਅੰਦਰਲੀ ਜਗ੍ਹਾ ਇਹਦੀ ਇਹ ਮਸੱਲਾ ਜਿਹਾ ਪਿਆ ਇਹ ਅੰਦਰ ਇਹਦੇ ਬਹੁਤ ਘੱਟ ਵੇਖਿਆ ਕਿ ਸਰਦਾਰ ਦੀ ਮੜੀ ਹੋਵੇ ਅੱਜ ਹੀ ਆ ਵੇਖਣ ਚ ਆਈ ਹੈ ਜੀ ਇਹ ਅੱਜ ਵੀ ਦੇਖੋ ਪੀਲਾ ਰੰਗ ਕੀਤਾ ਇਹਨੂੰ ਜਾਲੀਆਂ ਵੀ ਲਵਾਈਆਂ ਹਾਂ ਜੀ ਇਹ ਗੁਰੂ ਦਾ ਰੰਗ ਹੈ ਜੀ ਕਹਿੰਦੇ ਜੀ ਇਹ ਸਾਡੇ ਜਿਹੜੇ ਗੁਰੂ ਨਾ ਇਹ ਬਾਬਾ ਜੀ ਗੁਰੂ ਨਾਨਕ ਇਹ ਉਹਨਾਂ ਦਾ ਰੰਗ ਹੈ ਜੀ ਇਹ ਪੀਲਾ ਜਿਹੜਾ ਆ ਇਹ ਜਿੱਥੇ ਵੀ ਤੁਸੀਂ ਇਹਨਾਂ ਦੀ ਮੜੀ ਦੇਖੋਗੇ ਜਾਂ ਇਹਨਾਂ ਦਾ ਕੋਈ ਗੁਰਦੁਆਰਾ ਦੇਖੋਗੇ ਉਹਨੂੰ ਇਹ ਪੀਲਾ ਰੰਗ ਜ਼ਰੂਰ ਕੀਤਾ ਹੁੰਦਾ ਪੀਲਾ ਰੰਗ ਹੀ ਕੀਤਾ ਹੁੰਦਾ ਹਾਂ ਜੀ। ਲਓ ਜੀ ਦੋਸਤੋ ਇਹ ਅੱਜ ਵੀ ਮੜੀ ਆਪਣਾ ਨੱਬੇ ਚਿੱਟੀ ਪਿੰਡ ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਿੱਚ ਮੌਜੂਦ ਆ ਇਹ ਲਾਗੇ ਦਰਖਤ ਲੱਗੇ ਨੇ ਤੇ ਅੰਬ ਦੇ ਬੂਟੇ ਨੇ ਰਕਬਾ ਉਹਨਾਂ ਦਾ ਸੀ ਉਸ ਤੋਂ ਬਾਅਦ ਅਲਾਟ ਹੋ ਗਿਆ ਇੱਥੇ ਪਾਕਿਸਤਾਨ ਬਣਨ ਤੋਂ ਬਾਅਦ ਲੇਕਿਨ ਇਹ ਇੱਥੇ ਦੇ ਲੋਕਾਂ ਦੀ ਇਹ ਕਹਿ ਲਓ ਕਿ ਪਿਆਰ ਹੈ ਕਿ ਉਹਨਾਂ ਨੇ ਇਹ ਜਗ੍ਹਾ ਜਿਹੜੀ ਆ ਇਹਨੂੰ ਢਾਹਿਆ ਨਹੀਂ ਇਹ ਨਿਸ਼ਾਨੀ ਦੇ ਤੌਰ ਤੇ ਰੱਖ ਛੜਿਆ ਤਾਂ ਕਿ ਆਉਣ ਵਾਲੇ ਵਕਤ 'ਚ ਲੋਕ ਇਹਨੂੰ ਦੇਖਣ ਔਰ ਬਕਾਇਦਾ ਇਹਦੀ ਆਪਣਾ ਨੇਮ ਪਲੇਟ ਲਾ ਦਿੱਤੀ ਗੁਰਜੀ ਲਾ ਦਿੱਤੀ ਹੈ ਕਿ ਸਰਦਾਰ ਬੂਟਾ ਸਿੰਘ ਸਾਹਿਬ ਦੀ ਮੜੀ ਹੈ ਸਾਲ ਬਾਅਦ ਤਕਰੀਬਨ ਇਹਨਾਂ ਦੀ ਨਾ ਯਾਦ ਦੇ ਵਿੱਚ ਇਹਨਾਂ ਦੀ ਜਿਹੜੀ ਕੋਈ ਔਲਾਦ ਆਲ ਔਲਾਦ ਹੈਗੀ ਆ ਕੈਨੇਡਾ ਦੇ ਵਿੱਚ ਸ਼ਿਫਟ ਹੋ ਗਈ ਆ ਜਾਂ ਇੰਡੀਆ ਦੇ ਵਿੱਚ ਆ
ਉਹ ਸਾਲ ਬਾਅਦ ਆਉਂਦੇ ਆ ਕੇ ਇਹਨੂੰ ਆਪਣਾ ਇੱਥੇ ਜੋ ਵੀ ਉਹਨਾਂ ਦੀ ਰਸੂਮਾਤ ਹੁੰਦੀਆਂ ਮਜ਼ਹਬੀ ਰਸੂਮਾਤ ਇੱਥੇ ਮਨਾਉਂਦੇ ਆ ਕੇ ਅਤੇ ਉਸ ਤੋਂ ਬਾਅਦ ਇੱਥੇ ਆਪਣੇ ਲਾਗੇ ਲਾਗੇ ਪਿੰਡ ਦੇ ਲੋਕ ਇਕੱਠੇ ਹੁੰਦੇ ਉਹਨਾਂ ਨੂੰ ਕੋਈ ਲੰਗਰ ਭੰਡਾਰਾ ਵੀ ਖਵਾਉਂਦੇ ਆ ਜੀ ਇੱਥੇ ਅਤੇ ਇੱਥੇ ਬੜਾ ਬਾ ਰੌਣਕ ਜਿਹਾ ਮਾਹੌਲ ਹੁੰਦਾ ਉਦੋਂ ਪਾਕਿਸਤਾਨ ਬਣਨ ਤੋਂ ਪਹਿਲੇ ਸੀ ਹੁਣ ਵੀ ਆ ਹੁਣ ਵੀ ਜਦੋਂ ਸਰਦਾਰ ਆਉਂਦੇ ਇੱਥੇ ਲੋਕ ਬੜਾ ਪਿਆਰ ਦਿੰਦੇ ਆ ਲੋਕ ਬਹੁਤ ਚਾਹਤ ਕਰਦੇ ਆ ਇੱਕ ਦੂਸਰੇ ਦੀ ਔਰ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਚਲੋ ਸਾਡੇ ਕੋਲ ਆਏ ਆਪਣਾ ਟਾਈਮ ਕੱਢ ਕੇ ਲੇਕਿਨ ਇਹ ਵੀ ਬੜੀ ਗੱਲ ਆ ਕਿ ਆਪਣੇ ਬਜ਼ੁਰਗਾਂ ਦੀਆਂ ਯਾਦਗੀਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇੱਥੇ ਉਹਨਾਂ ਨੇ ਸਾਂਭ ਕੇ ਰੱਖਿਆ ਅਜੇ ਤੱਕ ਔਰ ਇਹਨੂੰ ਉਹਨਾਂ ਨੇ ਬਾਕੀ ਰੱਖਿਆ ਇਹਨੂੰ ਢਾਣ ਢੂਣ ਦੀ ਕੋਸ਼ਿਸ਼ ਨਹੀਂ ਕੀਤੀ ਮੁਸਲਮਾਨਾਂ ਨੇ ਵੀ ਬੇ ਸੰਗਾ ਓ ਬੀ ਆਈ ਕੈਪਟਨ ਐਸ ਬੀ ਯਾਰੀ ਜੱਟ ਦੀ ਜਿਵੇਂ ਤੂਤ ਦਾ ਮੋਛਾ ਜੇ ਪਵੇ ਨਾ ਤੇ ਇਹ ਆ ਵੀ ਆਪਣਾ ਲਿਖਿਆ ਸ਼ੇਰ ਇਹ ਮੜੀ ਆ ਜੀ ਤੇ ਆ ਇੱਕ ਬਜ਼ੁਰਗ ਆਏ ਆ ਇੱਧਰ ਆਓ ਉਹਨਾਂ ਨਾਲ ਗੱਲ ਕਰਦੇ ਆ ਤੇ ਆਓ ਇਹ ਕੋਈ ਦੱਸਣਗੇ ਪਿੰਡ ਨੱਬੇ ਚਿੱਟੀ ਦੇ ਆ ਲੱਗਦੇ ਲੱਗ ਬਜ਼ੁਰਗ ਆਏ ਆ ਸਾਈਕਲ ਤੇ ਜਾ ਰਹੇ ਸੀ ਤੇ ਆ ਆਪਣਾ ਇਹਨਾਂ ਦਾ ਸਾਈਕਲ ਵਾ ਤੇ ਠੰਡ ਵਾ ਬੜੀ ਬਜ਼ੁਰਗ ਠੰਡ ਬੜੀ ਆ ਨਾ ਜੀ ਮੈਂ ਕਿਹਾ ਸਰਦੀ ਬੜੀ ਆ ਸਰਦੀ ਸਰਦੀ ਬੜੀ ਆ ਅੱਛਾ ਕੀ ਹੈ ਬਾਬਾ ਜੀ ਦੱਸਿਓ ਆ ਜਿਹੜੀ ਆ ਕੀ ਇਹ ਆ ਤੇ ਮੜੀ ਆ ਮੜੀ ਅੱਛਾ ਮੜੀ ਮੜੀ ਸਿੱਖਾਂ ਦੀ ਸਿੱਖਾਂ ਦੀ ਹਾਂਜੀ ਇੱਥੇ ਸਰਦਾਰ ਕੇ ਹੁੰਦੇ ਸੀ ਡੰਗਰ ਪਾਉਂਦੇ ਹੁੰਦੇ ਸੀ ਅੱਛਾ ਅਰਾਰ ਉਹਨਾਂ ਦੀ ਕੋਈ ਚਾਰ ਭਰਾ ਸੀ ਹੈ ਸਿੱਖ ਆਉਂਦੇ ਆ ਅੱਛਾ ਆ ਸਫੈਦੀ ਕੋ ਰੱਖ ਜਾਂਦੇ ਆ ਅੱਛਾ ਸਿੱਖ ਆਉਂਦੇ ਸਫੈਦੀ ਹੋਈ ਅੱਛਾ ਸਾਲ ਬਾਅਦ ਆਉਂਦੇ ਆ ਸਾਲ ਬਾਅਦ ਸਫੈਦੀ ਹੋਈ ਉਹਨਾਂ ਦੀ ਡੇਰਾ ਬਣਾਇਆ ਇੱਕ ਕਿਸਮ ਦਾ ਡੇਰਾ ਆਵੇ ਤੇ ਆ ਬਾਰੇ ਬੂਟੇ ਲਾਏ ਉਹਨਾਂ ਨੇ ਅੱਛਾ ਸਿੱਖਾਂ ਨੇ ਲਾਏ ਸੀ ਸਿੱਖਾਂ ਨੇ ਲਾਏ ਅਸੀਂ ਤੇ ਵੀ ਬੜੇ ਅੰਬ ਬੜੇ ਪਿਆਰੇ ਸੀ ਤੋੜੇ ਅੱਛਾ ਬੜੇ ਪਿਆਰੇ ਸਿੱਖਾਂ ਦੇ ਅੰਬ ਲੱਗੇ ਇਹਨਾਂ ਨੇ ਸਾਂਭੇ ਅੱਛਾ ਅੱਛਾ ਇਹਨਾਂ ਨੇ ਸਾਂਭੇ ਸਿੱਖਾਂ ਦੇ ਨਲਕਾ ਵੀ ਲਗਾ ਇੱਥੇ ਨਲਕਾ ਲਗਾ ਹੁੰਦਾ ਅੱਛਾ ਪਾਣੀ ਪੀਣ ਨੂੰ ਆਹੋ ਇੱਥੇ ਨਲਕਾ ਲਗਾ ਹੁੰਦਾ ਸੀ ਥਾਂ ਸੱਜਿਆ ਸੀ ਬੜੀ ਵਾਸਤੇ ਉਹ ਇੱਥੇ ਡੰਗਰ ਬੰਨੇ ਹੁੰਦੇ ਤੇ ਟੋਕਾ ਲਾਇਆ ਸੀ ਉਹਨਾਂ ਨੇ ਅੱਛਾ ਅੱਛਾ ਉਹ ਵੀ ਜਾਸਤੀ ਕਰਦੇ ਸੀ ਇਹੋ ਜਿਹੇ ਥਾਂ ਪੱਕੇ ਥਾਂ ਡੰਗਰ ਨਹੀਂ ਬੰਨਣੀ ਚਾਹੀਦੀ ਜਿਹਦੇ ਨਾਲ ਟੋਕਾ ਲਾਉਣਾ ਚਾਹੀਦਾ ਅੱਛਾ ਫਿਰ ਡੰਗਰ ਤੇ ਡੰਗਰ ਬੰਨਦੇ ਰਹੇ ਅੱਛਾ ਫਿਰ ਉਹਨਾਂ ਹਟਾਤੇ ਡੰਗਰ ਬਾਅਦ ਚੋਂ ਡੰਗਰ ਨਹੀਂ ਬੰਨੇ ਫਿਰ ਉਹਨਾਂ ਨੇ ਆਹੋ ਆਹੋ ਅਤੇ ਉਹਨਾਂ ਦੇ ਇਲਾਜ ਕਿਸੇ ਦੇ ਵੀ ਕੀ ਜੀ ਅੱਛਾ ਅੱਛਾ ਤੇ ਪੱਕਾ ਥਾਂ ਵਾ ਇਹ ਪੱਕਾ ਅੱਛਾ ਜਿਹੜੇ ਡੰਗਰ ਬੰਨਦੇ ਉਹਨਾਂ ਦੀ ਇਲਾਜ ਨਹੀਂ ਹੋਈ ਨਹੀਂ ਹੋਈ ਅੱਛਾ ਆ ਵੀ ਗੱਲ ਨਾ ਰਹੀ ਨਾ ਇੱਥੇ ਵੀ ਨਾ ਬੇਕਦਰੀ ਵੀ ਕੀਤੀ ਹੈ ਜੀ ਅੱਛਾ ਬੇਕਦਰੀ ਬੇਕਦਰੀ ਵੀ ਕੀਤੀ ਡੰਗਰ ਨਹੀਂ ਹੋਏ ਤੇ ਤਾਂ ਇਹ ਨੇ ਤਾਂ ਡੰਗਰ ਨਹੀਂ ਬੰਨਣਾ ਚਾਹੀਦਾ ਨਾ ਬੰਨਣਾ ਚਾਹੀਦਾ ਭਾਈ ਨਾ ਕੀ ਤੁਹਾਡਾ ਨਾਜ਼ਰ ਸੈਣ ਮੇਰਾ ਨਾਮ ਨਾਜ਼ਰ ਸੈਣ ਅਸੀਂ ਜੱਟ ਵਾਂ ਅਸੀਂ ਤਿੰਨ ਪੈਰੀ ਵਿੱਚ ਬੈਠ ਜੱਟ ਵਾ ਕਿਹੜੇ ਜੱਟ ਹੋਨੇ ਕਿਹੜੇ ਕੁਵਾਰੀ ਜੀ ਅੱਛਾ ਅੱਛਾ ਕੁਵਾਰੀ ਜੀ ਅੱਛਾ ਕਿੱਧਰ ਕਿੱਧਰ ਚੱਲੇ ਸੀ ਹੁਣ ਸਾਕੋੜ ਚਾਗੜ ਸਾਈਕਲ ਤੇ ਹਾਂ ਸਾਈਕਲ ਤੇ ਸਾਈਕਲ ਚਲਾਉਂਦੇ ਆ ਆ ਇੱਥੇ ਨਲਕਾ ਸੀ ਇੱਥੇ ਅੱਛਾ ਅੱਛਾ ਤੇ ਨਲਕਾ ਹੁੰਦਾ ਸੀ ਨਲਕਾ ਲਾਇਆ ਆ ਇੱਥੇ ਉੱਤੇ ਨਲਕਾ ਨਾ ਸੀ ਬਰਾਬਰ ਇਨਾ ਥਾਂ ਛੱਡਿਆ ਅੱਛਾ ਅੱਛਾ ਆ ਗੁਰਦੁਆਰਾ ਇਨਾ ਬੜਾ ਕੇ ਥਾਂ ਤੇ ਇੱਥੇ ਨਲਕਾ ਲਾਇਆ ਅੱਛਾ ਮੜੀ ਇੰਨੀ ਮੜੀ ਦੀ ਜਗ੍ਹਾ ਛੱਡੀ ਸੀ ਆਹ ਇੱਥੇ ਨਲਕਾ ਲਾਇਆ ਸੀ ਉਹਨਾਂ ਨਲਕਾ ਪੁੱਟ ਗਿਆ ਪਤਾ ਨਹੀਂ ਕਿੰਨੇ ਪੁੱਟ ਗਿਆ ਇਹ ਹਰ ਸਾਲ ਇਕੱਠੇ ਹੁੰਦੇ ਇੱਥੇ ਆਉਂਦੇ ਸਿੱਖ ਆਉਂਦੇ ਆ ਆਪਣੇ ਵੇਖਣ ਆਉਂਦੇ ਆ ਅੱਠ ਵਜੇ ਕਰਾਉਣ ਆਉਂਦੇ ਆ ਅੱਛਾ ਤੈਨੂੰ ਮੈਨੂੰ ਦੇ ਕੇ ਨਾ ਪੈਸੇ ਅੱਠ ਵਜੇ ਕਰਾ ਕੇ ਜਾਂਦੇ ਆਉਂਦੇ ਆ ਵੇਖਣ ਆਉਂਦੇ ਆ ਆਪਣੀ ਨਾ ਜਗ੍ਹਾ ਅੱਛਾ ਸਰਦਾਰ ਆ ਕੇ ਤੁਹਾਨੂੰ ਕਹਿੰਦੇ ਹੋਣੇ ਨਿਸ਼ਾਨੀ ਨੂੰ ਸਾਂਭ ਕੇ ਰੱਖੋ ਹਾਂ 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 ਸਾਂਭੀ ਇਹ ਨਿਸ਼ਾਨੀ ਨਿਸ਼ਾਨੀ ਸਾਂਭੀ ਆ ਬੜੀ ਗੱਲ ਬੜੀ ਗੱਲ ਹੈ ਇਹਦਾ ਮਤਲਬ ਬਾਬਾ ਪਰ ਬੜੇ ਰੱਖਿਆ ਪਰਲੇ ਬਣ ਕੀ ਰੱਖਿਆ ਬੂਹਾ ਰੱਖਿਆ ਪਰਲੇ ਬਣ ਅੱਛਾ ਬੂਹਾ ਰੱਖਿਆ ਹਾਂ ਜੋ ਪਰਲੇ ਬਣ ਰੱਖਿਆ ਉਹ ਅੰਦਰ ਵੜ ਕੇ ਬੈਠੇ ਹੁੰਦੇ ਹੁੰਦੇ ਸਰਦਾਰ ਕੇ ਅੱਛਾ ਅੰਦਰ ਵੜ ਕੇ ਬੈਠੇ ਨੇ ਸਰਦਾਰ ਹੁੰਦੇ ਸਾਡੇ ਪਿੰਡ ਗੁਰਦੁਆਰੇ ਬਣੇ ਆ ਅੱਛਾ ਸੁੱਖਾਂ ਦੇ ਸਾਡੇ ਪਿੰਡ ਗੁਰਦੁਆਰੇ ਬਣੇ ਆ ਜ਼ਮੀਨ ਦੇ ਵਿੱਚ ਆ ਗਿਆ ਵਾ ਤੇ ਅਜੇ ਬੂਹੇ ਬਾਰੀਆਂ ਹੈਗੇ ਅੰਦਰ ਨੂੰ ਲੰਘਣ ਅੱਛਾ ਨੱਬੇ ਜਗ੍ਹਾ ਜਿਹੜੀ ਇਹਨੇ ਬਣੀ ਆ ਪਿੰਡ ਸੈਂਟਰ ਵਿੱਚ ਗੁਰਦੁਆਰਾ ਬਣਿਆ ਇੱਕ ਬਾਰ ਬਾਰ ਇੱਧਰ ਕਰਕੇ ਉਹਨਾਂ ਗੁਰਦੁਆਰਾ ਬਣਾਇਆ ਬਾਬਾ ਮਕਾਨ ਤਗੜਾ ਉਹ ਵੀ ਇੱਥੇ ਲਈ ਪੈਲੀ ਕੋਈ ਨਹੀਂ ਅਸੀਂ ਵੀਡੀਓ ਬਣਾਉਣ ਆਏ ਸੀ ਪੈਲੀ ਲਈ ਕੋਈ ਅਸੀਂ ਵੀਡੀਓ ਬਣਾਉਣ ਆਏ ਵੀਡੀਓ ਵੇਖਣ ਆਏ ਜੀ ਹਾਂ ਵੇਖਣ ਆਏ ਆ ਚਿੱਟੀ ਚਾਹ ਕੋਟੋ ਚਾਹ ਕੋਟੋ ਅੱਛਾ ਆ ਵੇਖਣ ਆਏ ਮੜੀ ਮੈਂ ਕਿਹਾ ਵੇਖੀ ਆ ਅੱਜ ਵੀ ਸਾਨੀ ਹੈਗੀ ਆ ਹਾਂ ਕਿੰਨਾ ਪਿਆਰਾ ਬਣਾਇਆ ਜ਼ਬਰਦਸਤ ਬਣਾਇਆ ਉਹ ਅੱਜ ਵੀ ਇਹ ਗਵਾਹੀ ਭਰਨ ਦਈ ਆ ਪੁਰਾਣੇ ਸਮੇਂ ਦੇ ਲਾਈਆਂ ਜਾਲੀਆਂ ਹਾਂ ਜਾਲੀਆਂ ਲਾਈਆਂ ਅੱਜ ਵੀ ਬਿਲਕੁਲ ਤੇ ਇਹ ਪੁਰਾਣੇ ਵੇਲੇ ਦੀ ਗਵਾਹੀ ਭਰਨ ਦਈ ਆ ਇਹ ਕਿ ਇੱਥੇ ਸਿੱਖ ਮੁਸਲਮਾਨ ਰਹਿੰਦੇ ਸੀ ਲੋ ਦੋਸਤੋ ਮੜੀ ਅੱਜ ਵੀ 47 ਤੋਂ ਪਹਿਲੇ ਜਿਹੜੇ ਲੋਕ ਇੱਥੇ ਰਹਿੰਦੇ ਸੀ ਉਹਨਾਂ ਦੇ ਰਹਿਣ ਦੀ
निशानी उन्होंने रहने की गवाही भरती हो जगह मड़ी जी सरदार बूटा सिंह की अज भी नब्बे चिट्टी च मौजूद आ। साढ़े ना बजुर्ग से कुछ जानकारी इन्होंने दी सानू तो भाई जैन सी इन्होंने कुछ दसिया कि मड़ी कदों की इतने की होंगे। उम्मीद करते हैं अज की यह वीडियो अज का व्लॉग तुम पसंद आया होगा। फिर मिलेंगे नवे बजुर्गों के नाल एक नवी कहानी के नाल एक नवी तारीख के नाल। दुआवां च याद रखियो, जिंदे वास्ते रहो जी, रब रखा जी।